ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਬਹੁਤ ਕੀਮਤੀ ਸਮਾਂ ਹੁੰਦਾ ਹੈ ਜਦੋਂ ਕਿ ਕੋਈ ਮਨੁੱਖ ਆਪਣੇ ਸੰਸਾਰ ਦੇ ਕੰਮ ਧੰਦੇ ਤਿਆਗ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠ ਕਰਕੇ ਕੁਝ ਘੜੀਆਂ ਨਾਮ ਅਤੇ ਬਾਣੀ ਨਾਲ ਜੁੜਨ ਦਾ ਯਤਨ ਕਰਦੇ ਹੈ। ਗੁਰੂ ਰਹਿਮਤ ਕਰਨ ਸਾਡੇ ਸਾਰਿਆਂ 'ਤੇ। ਸਾਨੂੰ ਇਹ ਸੁਭਾਗ ਸਮਾਂ ਮਿਲਦਾ ਰਹੇ, ਅਸੀਂ ਗੁਰੂ ਚਰਨਾਂ ਦੇ ਵਿੱਚ ਜੁੜ ਕਰਕੇ ਨਾਮ ਦੇ ਨਾਲ ਜੁੜਨ ਦੇ ਯਤਨ ਕਰਦੇ ਰਹੀਏ। ਆਓ ਸਭ ਤੋਂ ਪਹਿਲਾਂ ਸਾਰੇ ਰਲ ਕੇ ਰਸਨਾ ਪਵਿੱਤਰ ਕਰੀਏ। ਕਰੋ ਕਿਰਪਾ ਸਾਰੇ ਬੋਲਦੇ ਹਾਂ, ਵਾਹਿਗੁਰੂ 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 ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਅਕਾਲ ਪੁਰਖ ਪਰਮਾਤਮਾ ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ। ਬਹੁਤ ਸਾਰੀ ਦੁਨੀਆ ਸੁੱਖ ਭਾਲਦੀ ਹੈ, ਬਹੁਤ ਸਾਰੀ ਕਿਉਂ, ਸਾਰੀ ਦੁਨੀਆ ਸੁੱਖ ਭਾਲਦੀ ਹੈ। ਤੁਸੀਂ ਆਪਣੀ ਜ਼ਿੰਦਗੀ 'ਚ ਦੇਖਿਆ ਹੋਣਾ, ਕੋਈ ਵੀ ਮਨੁੱਖ ਐਸਾ ਨਹੀਂ ਮਿਲਿਆ ਹੋਏਗਾ ਜਿਹੜਾ ਕਹੇਗਾ ਕਿ ਮੈਂ ਸੁਖੀ ਹਾਂ, ਪਰ ਸੁਖੀ ਕਹਿਣ ਤੋਂ ਬਾਅਦ ਵੀ ਉਹਦੇ ਦੋ ਚਾਰ ਦੁੱਖ ਦਿਲੋਂ ਬੋਲਣੇ ਜਾਂਦੇ ਹੈ। ਦੁਖੀ ਸਾਰੇ ਹੈ। ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਨਾਨਕ ਦੁਖੀਆ ਸਭ ਸੰਸਾਰ। ਕੋਈ ਤਨ ਕਰਕੇ, ਕੋਈ ਮਨ ਕਰਕੇ, ਕੋਈ ਕਾਰੋਬਾਰ ਕਰਕੇ, ਕੋਈ ਰਿਸ਼ਤੇਦਾਰਾਂ ਧੀਆਂ ਪੁੱਤਰਾਂ ਕਰਕੇ ਦੁਖੀ ਸਾਰੇ ਹੀ ਨੇ। ਕੋਈ ਸਰੀਰ ਦਾ ਰੋਗ ਹੈ, ਭਾਵ ਕਹਿਣ ਦਾ ਕਿ ਦੁਖੀ ਸਾਰੇ ਨੇ, ਪਰ ਸੁਖੀ ਕਿਵੇਂ ਹੁੰਦੇ ਹੈ? ਮਾਲਕ ਜੀ ਕਹਿੰਦੇ, ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਜੇ ਗੁਰੂ ਦਿਆਲ ਹੋ ਜਾਵੇ ਜਿਸ ਮਨੁੱਖ 'ਤੇ,
ਉਹਦੇ ਦੁੱਖ ਦੂਰ ਹੋਣੇ ਲੱਗ ਜਾਂਦੇ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਪਰ ਕਹਿੰਦੇ ਮਿਲਦੀਆਂ ਕਿਵੇਂ ਨੇ, ਜੇ ਸਤਿਗੁਰ ਨਦਰ ਕਰੇ। ਇੱਕ ਤਰੀਕਾ ਸਮਝਣਾ ਕਿ ਗੁਰੂ ਜੀ ਦੇ ਪਾਸੋਂ ਅਸੀਂ ਲੈਣਾ ਕਿਵੇਂ ਹੈ, ਮਿਲਦਾ ਕਿਵੇਂ ਹੈ, ਉਹਦਾ ਜੁਗਤ ਮਹਾਰਾਜ ਆਪ ਹੀ ਦੱਸਦੇ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਗੁਰੂ ਦੇ ਘਰੋਂ ਖੁਸ਼ੀਆਂ ਲੈਣੀਆਂ ਨੇ, ਫਿਰ ਮਹਾਰਾਜ ਕਹਿੰਦੇ ਜੇ ਸਤਿਗੁਰ ਨਦਰ ਕਰੇ, ਜੇ ਗੁਰੂ ਦੀ ਨਦਰ ਹੋ ਜਾਵੇ, ਮਿਹਰ ਹੋ ਜਾਵੇ, ਤੇ ਫਿਰ ਮਨੁੱਖ ਨੂੰ ਖੁਸ਼ੀਆਂ ਮਿਲਣੀਆਂ ਆਰੰਭ ਹੋ ਜਾਂਦੀਆਂ ਨੇ। ਖੁਸ਼ੀਆਂ ਮਿਲਣਗੀਆਂ ਉਦੋਂ ਜਦੋਂ ਦੁੱਖ ਦੂਰ ਹੋਣਗੇ। ਉਸ ਤਰ੍ਹਾਂ ਦੁੱਖ ਤੇ ਹੈ, ਪਰ ਜਦੋਂ ਖੁਸ਼ੀਆਂ ਮਿਲਣ ਲੱਗ ਜਾਂਦੀਆਂ ਨੇ ਤੇ ਦੁੱਖ ਦੂਰ ਹੋਣ ਲੱਗ ਜਾਂਦੇ ਨੇ। ਸਾਰੇ ਆਖੋ ਵਾਹਿਗੁਰੂ। ਸਤਿਗੁਰੂ ਕਹਿੰਦੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਮਹਾਰਾਜ ਕਿਰਪਾ ਕਰੋ, ਮੈਨੂੰ ਤੁਹਾਡਾ ਨਾਮ ਮਿਲ ਜਾਵੇ, ਮੈਂ ਸਿਮਰਨ ਕਰਾਂ ਤੁਹਾਡੇ ਨਾਮ ਦਾ, ਤੇ ਮੇਰਾ ਮਨ ਜਿਹੜਾ ਵੈ ਤੇ ਤਨ ਸਰੀਰ, ਮਨ ਵੀ ਸ਼ਾਂਤ ਹੋ ਜਾਵੇ ਤੇ ਸਰੀਰ ਵੀ ਸ਼ਾਂਤ ਹੋ ਜਾਵੇ। ਜਿਹੜੀ ਸਾਡੇ ਮਨ ਨੂੰ ਤ੍ਰਿਸ਼ਨਾ ਦੀ ਜਲਨ ਲੱਗੀ ਰਹਿੰਦੀ ਹੈ, ਇੱਕ ਮੰਗ ਕੱਲ ਨੂੰ ਦੂਸਰੀ ਮੰਗ, ਫਿਰ ਤੀਸਰੀ ਮੰਗ, ਜਿਹਨੂੰ ਡਿਮਾਂਡ ਕਹਿ ਦਈਏ, ਤੇ ਗੁਰੂ ਦੇ ਪਾਸੋਂ ਅਸੀਂ ਇੱਕੋ ਹੀ ਕੰਮ ਕਰਨ ਆਉਂਦੇ ਹਾਂ, ਮਹਾਰਾਜ ਅੱਜ ਆ ਚਾਹੀਦਾ, ਕੱਲ ਆ ਚਾਹੀਦਾ, ਪਰਸੋਂ ਆ ਚਾਹੀਦਾ। ਪਰ ਉਹ ਬਹੁਤ ਵੱਡੇ ਭਾਗਾਂ ਵਾਲਾ ਮਨੁੱਖ ਹੁੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਕਹਿੰਦਾ ਹੈ, ਮਹਾਰਾਜ ਦੁਨੀਆ ਦੀ ਵਸਤੂ ਨਹੀਂ, ਮੈਨੂੰ ਤੇਰਾ ਨਾਮ ਚਾਹੀਦਾ ਹੈ। ਸਾਰੇ ਆਖੋ ਵਾਹਿਗੁਰੂ। ਤੇ ਮਾਲਕ ਜੀ ਕਹਿੰਦੇ ਤੈਨੂੰ ਦਿੱਤਾ ਤਾਂ ਬਹੁਤ ਹੈ, ਇਹ ਬੰਦਿਆ ਬਹੁਤ ਦਿੱਤਾ ਹੈ, ਪਰ ਕਿਤੇ ਨਾ ਕਿਤੇ ਤੈਨੂੰ ਭੁਲੇਖਾ ਲੱਗ ਗਿਆ। ਜੋ ਕੁਝ ਤੈਨੂੰ ਦਿੱਤਾ ਤੂੰ ਉਹਨੂੰ ਛੱਡ ਕੇ, ਜੋ ਤੇਰੇ ਕੋਲ ਨਹੀਂ ਹੈਗਾ ਤੂੰ ਉਹਦੇ ਮਗਰ ਲੱਗ ਤੁਰਿਆ ਵਾ, ਜੋ ਨਹੀਂ ਹੈਗਾ। ਸਮਝਣ ਦੀ ਗੱਲ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦਸ ਵਸਤੂ ਲੈ ਪਾਛੇ ਪਾਵੈ। ਬਹੁਤ ਸਾਰਾ ਸਾਡੇ ਕੋਲ, ਸਭ ਕੋਲ ਆਪਣੇ ਘਰ ਹੋਣਗੇ, ਕੱਪੜੇ ਨੇ ਪਾਉਣ ਵਾਸਤੇ, ਬਹੁਤ ਸਾਰਾ ਖਾਣ ਪੀਣ ਨੂੰ ਮਿਲਿਆ। ਇਉਂ ਕਹਿ ਲਓ ਕਿ ਮੈਂ ਕਹਿ ਦਿਆਂ ਕਿ ਕੋਈ ਕਮੀ ਗੁਰੂ ਨੇ, ਪਰਮਾਤਮਾ ਨੇ ਰੱਖੀ ਨਹੀਂ ਸਾਡੀ ਜ਼ਿੰਦਗੀ 'ਚ, ਪਰ ਫਿਰ ਵੀ ਝੋਰਾ ਖਾਂਦਾ ਸਾਨੂੰ, ਝੋਰਾ ਖਾਂਦਾ ਕਿ ਮੇਰੇ ਘਰ ਆਹ ਚੀਜ਼ ਨਹੀਂ। ਦੂਸਰੇ ਨੂੰ ਦੇਖ ਕੇ ਸੜਨਾ ਜਾਂ ਮਨ ਦੇ ਅੰਦਰ ਤ੍ਰਿਸ਼ਨਾ ਜਿਹੜੀ ਹੈ ਉਹ ਬੁੱਝਦੀ ਨਹੀਂ, ਤੇ ਤੁਸੀਂ ਦੇਖ ਲੈਣਾ ਕਈ ਐਸੇ ਵੀ ਸੱਜਣ ਮਿਲ ਜਾਣਗੇ ਜਿਨ੍ਹਾਂ ਕੋਲ ਕਰੋੜਾਂ ਅਰਬਾਂ ਤੇ ਹੈ, ਪਰ ਫਿਰ ਵੀ ਅੰਦਰੋਂ ਲਾਲਸਾ ਹੈ, ਫਿਰ ਵੀ ਅੰਦਰੋਂ ਜਲਨ ਲੱਗੀ ਹੋਈ ਹੈ ਕਿ ਹੋਰ ਕਮਾਉਣਾ, ਹੋਰ ਇਕੱਠਾ ਕਰਨਾ। ਤੇ ਪਿਆਰੇ ਉਹ ਮਹਾਰਾਜ ਕਹਿੰਦੇ ਇਹ ਬੰਦਾ ਸੁਖੀ ਨਹੀਂ ਹੋ ਸਕਦਾ, ਕਿਉਂਕਿ ਜਿੰਨਾ ਦਿੱਤਾ ਇਹਨੂੰ ਓਨਾ ਹੀ ਥੋੜ੍ਹਾ ਲੱਗ ਰਿਹਾ, ਜਿੰਨਾ ਮਹਾਰਾਜ ਦੇਈ ਜਾਂਦੇ ਆ ਓਨਾ ਹੀ ਥੋੜ੍ਹਾ ਲੱਗਦਾ। ਤੇ ਮਹਾਰਾਜ ਕਹਿੰਦੇ ਦਸ ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਵਿਖੋਟ ਗਵਾਵੈ ਭਰੋਸਾ, ਵਿਸ਼ਵਾਸ, ਬਹੁਤ ਕੁਝ ਦਿੱਤਾ ਮਹਾਰਾਜ ਕਹਿੰਦੇ, ਪਰ ਇੱਕ ਦਾਤ ਇਹਦੇ ਘਰ ਵਿੱਚ ਨਹੀਂ ਸੀ ਜਿਹਦੀ ਇਹਨੂੰ ਲੋੜ ਸੀ। ਇੱਦਾਂ ਕਹਿ ਲਓ ਕਿ ਸਾਡੇ ਘਰ ਪੁੱਤਰ ਦੀ ਦਾਤ ਚਾਹੀਦੀ ਹੈ, ਉਦਾਹਰਣ ਦੇ ਤੌਰ 'ਤੇ ਸਮਝੀਏ, ਪਰ ਉਹ ਨਹੀਂ, ਔਲਾਦ ਦਾ ਸੁੱਖ ਨਹੀਂ ਮਿਲਿਆ। ਇਉਂ ਕਹਿ ਲਈਏ ਸਰੀਰ ਨੂੰ ਕੋਈ ਰੋਗ ਲੱਗਿਆ, ਰੋਗ ਠੀਕ ਨਹੀਂ ਹੋ ਰਿਹਾ, ਇਉਂ ਕਹਿ ਲਓ। ਬੰਦਾ ਅੰਦਰੋਂ ਦੁਖੀ ਹੈ, ਮਨ ਕਰਕੇ ਕਲਪਿਆ ਰਹਿੰਦਾ, ਬੇਚੈਨ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ, ਦਵਾਈਆਂ ਖਾ ਕੇ, ਗੋਲੀਆਂ ਖਾ ਕੇ ਸੋਣਾ ਪੈਂਦਾ ਹੈ, ਇਉਂ ਕਹਿ ਲਓ ਦੁਖੀ, ਪ੍ਰੋਬਲਮ। ਪਰ ਮਹਾਰਾਜ ਕਹਿੰਦੇ ਜਦੋਂ ਉਹ ਜਿਹੜੀ ਪ੍ਰੋਬਲਮ ਹੈ ਉਹਦੇ ਵਾਸਤੇ ਤੂੰ ਗੁਰੂ ਚਰਨਾਂ 'ਚ ਅਰਦਾਸ ਕਰਦਾ, ਪਰ ਜੋ ਕੁਝ ਤੈਨੂੰ ਮਿਲਿਆ ਉਹਦਾ ਕਦੀ ਸ਼ੁਕਰਾਨਾ ਨਹੀਂ ਕਰਦਾ। ਸਾਰੇ ਆਖੋ ਵਾਹਿਗੁਰੂ, ਗੱਜ ਕੇ ਬੋਲੋ ਵਾਹਿਗੁਰੂ। ਜੋ ਕੁਝ ਮਿਲਿਆ ਕਹਿੰਦੇ ਉਹਦਾ ਸ਼ੁਕਰਾਨਾ ਨਹੀਂ ਕਰਦਾ, ਪਰ ਜੋ ਕੁਝ ਨਹੀਂ ਹੈ ਉਹਦੇ ਵਾਸਤੇ ਬਾਰ 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 ਅਰਦਾਸਾਂ ਬੇਨਤੀਆਂ ਕਰਦਾ। ਪਰ ਇੱਕ ਸਮਾਂ ਉਹ ਵੀ ਆਉਂਦਾ ਕਿ ਬਹੁਤ ਸਮਾਂ ਲੰਘ ਜਾਣ ਤੋਂ ਬਾਅਦ ਉਹ ਜਿਹੜੀ ਚੀਜ਼ ਮੰਗ ਰਿਹਾ ਗੁਰੂ ਕੋਲੋਂ ਉਹਦੀ ਮੰਗ ਪੂਰੀ ਨਹੀਂ ਹੁੰਦੀ, ਤੇ ਫਿਰ ਕੀ ਹੁੰਦਾ, ਏਕ ਵਸਤ ਕਾਰਨ ਵਿਖੋਟ ਗਵਾਵੈ। ਹੁਣ ਇੱਕ ਵਸਤੂ ਕਰਕੇ ਕਹਿੰਦਾ ਕਿਹੜਾ ਰੱਬ, ਕਿਹੜਾ ਗੁਰੂ, ਕਿਹੜਾ ਪਰਮਾਤਮਾ। ਗੁਰੂ ਘਰ ਜਾਂਦਿਆਂ ਇੰਨੀ ਦੇਰ ਹੋ ਗਈ, ਸੇਵਾ ਕਰਦਿਆਂ ਇੰਨਾ ਸਾਲ ਬੀਤ ਗਏ, ਪਰ ਜੋ ਅਸੀਂ ਮੰਗਦੇ ਸੀ ਉਹ ਨਹੀਂ ਮਿਲਿਆ।
सारे आखो वाहे गुरु। महाराज कहंदे ये खुशियां मिलदियां ने गुरु दी मेहर दे नाल, गुरु दी रहमत दे नाल, पर गुरु देई जा रहे है, देई जा रहे है, असी ले ले खाई जा रहे हैं, पर फिर भी जो कुछ मांगदे हैं ना महाराज ने उहदा तरीका भी दस्या, जे नहीं मिल रहा अजे प्यारे आ तां तैनूं नाम नाल जुड़न दी लोड़ है, सिमरन नाल भगती नाल जुड़न दी लोड़ है। जेकर तू सिमरन करे भगती करे ते तेरी जिंदगी दे दुख तकलीफ दूर हो सकदे है। सारे आखो वाहे गुरु। मालक कहंदे नानक नामो कुत्या हलत पलत सब जाए। जेड़ा गुरु नानक साहब दा बख्शिया नाम नहीं जपदा ओदा कहंदे इत्थे दुनिया दे रहना भी बेकार, ते जदों शरीर छड के त्याग के जाना हालत पलत सब जाए, उत्थे जाके भी फिर जमा दी मार पैनी है, ना इत्थे सुखी हो सकिया ना उत्थे। एक गल नोट कर लेना, जेड़ा बंदा धरती ते रहंदिया होया सुखी नहीं, उहदे मन दी संतुष्टि नहीं, उहदा मन शांत नहीं, कलपिया होया ते शरीर त्यागण तो बाद कदी सुख नहीं मिल सकदा जी। सारे आखो वाहे गुरु। जप तप संजम सब हिर लिया मुठी दूजे पाए। मालक जी कहंदे जेड़ा बंदा नाम नहीं जपदा बंदगी नहीं करदा उहदा सब कुछ गवाचदा गवाच रहा। जिवें एक चोर कहंदे आ घर नूं सन ला के चोरी करके समान अंदरों लै जांदा कीमती, पर समझ लेना साढ़े अंदर जिहड़े चोर बैठे ने सानू पता ही नहीं लगता कदों साडा सेवा ते सिमरन चुरा के लै जांदे आ। सारे आखो वाहे गुरु। गज के बोलो वाहे गुरु। महाराज कह रहे जामदार बद्दे मारी है बहुत ही मिले सजाए, ऐ बंदिया जे नाम नहीं जपिया ना फिर तेरा अंत समय तो बाद जमा दे दर ते पहुंच जाना है, ते उत्थे फिर बन के उन्होंने मार मारनी है, सजा मिलनी है। सारे आखो वाहे गुरु। कहंदे बकरियां नू चराउण वाला चरवाहा जिहड़ा मालक है जिसने बकरियां नू पालिया हुंदा है, तुसी देखिया भी होना है बहुत सारियां बकरियां नू एक डंडा हाथ च पकड़िया ते लैके जा रहा, कोई बकरी उधर नू जांदी कोई उधर नू, पर उह डंडे दे नाल सीधा करदा भी इधर नू जाना है। बंदे दा हाल की मन दी मर्जी वह बकरियां वांगू, मैं इधर नू जाना मैं आ काम करना है। कोई पीरां दीआं समाधां ते तुरिया फिरदा वीरवार नू तेल पाउंदा है, कोई दरख्तां नू धागे मोलियां बन्नी जा रहा है दरख्तां नू ही पूजी जांदे है, भाव कहण दा कोई राशन पाई जा रहा है नदियां च जल प्रवाह, किसी ने नग पाया होया है पंडित जी तो लैके नग, कोई टेवा लवा के अपनी जिंदगी दे बारे ज्ञान चाहुंदा मेरी जिंदगी दा अगों फ्यूचर की है। इस तरह असी बड़े चक्करां च फसे, जदों धी अपनी जां पुत्र अपने दा विआह करना है मन दे गुरु ग्रंथ साहिब नूं असी, ते कई बंदे तुहानूं मिल जाणगे ऐसे जिहड़े पंडितां दे कोल जाके टेवे लवा रहे आ, देखियो जरा विआह शादी करनी है ठीक रहूगा इन्हां दे संजोग। सारे आखो वाहे गुरु। ये बेविश्वासिया बंदा साडा हाल की, असी इहो जे कर्म कांड करके सुख लैणा चाहुंदे आ, पर महाराज कहंदे इहो जे कर्म कांड करके सुख नहीं मिलने। सुख किवें मिलने है जदों गुरु ने दयाल होना है, ते गुरु ने दयाल कदों होना है महाराज कहंदे जदों तू नाम जपेगा बंदगी करेगा सेवा ते सिमरन नाल जुड़ेगा उदों गुरु दयाल होणगे, ते जदों गुरु दयाल होणगे फिर साडी जिंदगी दे दुख तकलीफां खत्म होणियां शुरू हो जाणगियां। सारे आखो वाहे गुरु। गुरु गोबिंद सिंह सच्चे पातशाह ने की आख्या है, जिन प्रेम कियो तिन ही प्रभ पायो। ध्यान देना संगत जी बेनती, साडा प्रेम कित्थे लग्या है देखियो, कित्थे लग्या साडा प्रेम। हर बंदे दा एक प्रेम जिहड़ा दिलों प्रेम हुंदा है किदे, एक जने दा दूसरे दे शरीर नाल लग्या जी। गुरु नाल प्रेम हुंदा भगत दा, हुण देखना गुरु गोबिंद सिंह जी भगती दी गल कर रहे ने, जिन प्रेम कियो तिन ही प्रभ पायो, राम राम करता सब जग फिर राम ना पाया जाए।
ਬੜੀ ਦੁਨੀਆ ਮੰਦਰਾਂ 'ਚ ਮੱਥੇ ਟੇਕਦੀ ਹੈ, ਗੁਰਦੁਆਰਿਆਂ 'ਚ ਮੱਥੇ ਟੇਕ ਕੇ ਜਾ ਰਹੇ ਹੈ, ਪਰ ਕੀ ਸਾਰਿਆਂ ਨੂੰ ਪਰਮਾਤਮਾ ਮਿਲ ਗਿਆ, ਗੁਰੂ ਮਿਲ ਗਿਆ, ਸਭ ਦੇ ਅੰਦਰ ਉਹਦੇ ਗੁਣ ਪ੍ਰਗਟ ਹੋ ਗਏ? ਨਹੀਂ ਹੋਏ। ਜੇ ਕੋਈ ਇੱਕ ਦੋ ਪੰਜ ਮਿਲ ਜਾਣ ਉਹਦੇ ਚਰਨਾਂ 'ਚ ਪ੍ਰਣਾਮ ਕਰ ਦੇਣਾ ਜ਼ਰੂਰ। ਸਾਰੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਵਸ, ਜਦੋਂ ਪਰਮਾਤਮਾ ਜਿਹੜਾ ਦਿਆਲ ਹੋ ਜਾਵੇ, ਅੰਦਰ ਵਸ ਜਾਵੇ, ਪਰ ਪ੍ਰੇਮ ਨਾਲ ਦਿਆਲ, ਪ੍ਰੇਮ। ਗੋਬਿੰਦ ਭਾਓ ਭਗਤ ਕਾ ਭੁੱਖਾ। ਗੋਬਿੰਦ ਨੂੰ ਤੁਹਾਡੀ ਭਗਤੀ ਚਾਹੀਦੀ ਹੈ, ਧਨ ਨਹੀਂ ਚਾਹੀਦਾ ਤੁਹਾਡਾ, ਤੁਹਾਡੀ ਸੋਹਣੇ ਸੋਹਣੇ ਕੱਪੜੇ ਨਹੀਂ ਉਹ ਦੇਖਦਾ, ਤੁਹਾਡੇ ਸੱਚ ਮੰਨਣਾ ਤੁਹਾਡੇ ਔਗਣ ਜ਼ਰੂਰ ਦੇਖਦਾ ਅਤੇ ਗੁਣ ਵੀ ਜ਼ਰੂਰ ਦੇਖਦਾ। ਮਨੁੱਖ ਕਹਿੰਦਾ ਮੈਂ ਧਰਤੀ 'ਤੇ ਆਇਆ ਅਤੇ ਲੈ ਕੇ ਕੀ ਜਾਣਾ ਨਾਲ? ਜੋ ਕੁਝ ਅਸੀਂ ਲੈ ਕੇ ਆਏ ਸੀ, ਕੀ ਲੈ ਕੇ ਆਏ ਸੀ, ਕੀ ਲੈ ਕੇ ਆਏ ਸੀ? ਅਸੀਂ ਕੁਝ ਨਹੀਂ ਨਾਲ ਲੈ ਕੇ ਆਏ, ਖਾਲੀ ਹੱਥ ਆਏ ਹਾਂ। ਔਰ ਸਮਝ ਲੈਣਾ, ਅੱਜ ਤੱਕ ਜਿਹੜਾ ਵੀ ਬੰਦਾ ਸ਼ਮਸ਼ਾਨ ਘਾਟ ਚੱਕ ਕੇ ਰਿਸ਼ਤੇਦਾਰ ਲੈ ਕੇ ਗਏ ਨੇ ਨਾ, ਕਦੀ ਉਸ ਦੇ ਜੇਬ ਦੇ ਵਿੱਚ ਕਿਸੇ ਨੇ ਸੋਨਾ ਚਾਂਦੀ ਧਨ ਦੌਲਤ ਪਾ ਕੇ ਨਹੀਂ ਭੇਜਿਆ ਕਿ ਤੂੰ 2 ਕਰੋੜ ਛੱਡ ਚੱਲਿਆ, 1 ਕਰੋੜ ਤਾਂ ਲੈ ਜਾ ਨਾਲ। ਕਿਸੇ ਨੇ ਨਹੀਂ ਭੇਜਿਆ, ਨਾ ਭੇਜਿਆ ਤੇ ਨਾ ਭੇਜਣਾ, ਕਿਉਂਕਿ ਖਾਲੀ ਅਸੀਂ ਆਏ ਹਾਂ ਤੇ ਖਾਲੀ ਚਲੇ ਜਾਣਾ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂ, ਸਾਡੇ ਕਰਮਾਂ ਨੇ ਨਾਲ ਜਾਣਾ, ਜੇ ਚੰਗੇ ਕਰਮ ਕੀਤੇ ਤੇ ਮਾੜੇ ਕਰਮ ਕੀਤੇ, ਇਹ ਦੋਨੇ ਨਾਲ ਜਾਣੇਗੇ। ਤੇ ਪਰਮਾਤਮਾ ਦੇਖ ਰਿਹਾ ਲਗਾਤਾਰ, ਹਰ ਕਿਸੇ ਨੂੰ ਦੇਖ ਰਿਹਾ। ਗੋਬਿੰਦ ਭਾਓ ਭਗਤ ਕਾ ਭੁੱਖਾ। ਹੁਣ ਜਿਹੜਾ ਬੰਦਾ ਗੋਬਿੰਦ ਦੀ ਭਗਤੀ ਕਰੇ, ਨਾਮ ਜਪੇ, ਸਮਝ ਲੈਣਾ ਉਹਦੇ ਕਰਮ ਆਪੇ ਹੀ ਚੰਗੇ ਹੋਣੇ ਸ਼ੁਰੂ ਹੋ ਜਾਣੇ। ਸਾਰੇ ਆਖੋ ਵਾਹਿਗੁਰੂ। ਹੁਣ ਜਿਹੜੇ ਕਰਮ ਕਾਂਡ ਅਸੀਂ ਕਰਕੇ ਸੁੱਖ ਲੈਣਾ ਚਾਹੁੰਦੇ ਹਾਂ, ਮਾਲਕ ਕਹਿੰਦੇ ਇਹਨਾਂ ਕਰਮ ਕਾਂਡਾਂ 'ਚੋਂ ਸੁੱਖ ਤੈਨੂੰ ਕਦੀ ਨਹੀਂ ਮਿਲਣਾ, ਕਦੀ ਨਹੀਂ ਮਿਲਣਾ। ਕਿਉਂ? ਇਹ ਸਾਰੇ ਕਰਮ ਕਾਂਡ ਨੇ ਤੇ ਗੁਰੂ ਜੀ ਨੇ ਇੱਕ ਸਾਨੂੰ ਨਾਮ ਦਿੱਤਾ, ਦੁੱਖ ਭੰਜਣ ਤੇਰਾ ਨਾਮ ਜੀ, ਦੁੱਖਾਂ ਨੂੰ ਕੱਟਣ ਵਾਲਾ ਨਾਮ, ਸਰਬ ਰੋਗ ਕਾ ਔਖਦ ਨਾਮ। ਦੁੱਖ ਕੋਈ ਵੀ ਹੋਵੇ, ਕਿਸੇ ਵੀ ਤਰ੍ਹਾਂ ਦਾ ਹੋਵੇ, ਮਾਲਕ ਕਹਿੰਦੇ ਜੇ ਤੂੰ ਨਾਮ ਜਪ ਲਵੇ ਨਾ ਤੇ ਤੇਰੇ ਦੁੱਖ ਕੱਟਣੇ ਸ਼ੁਰੂ ਹੋ ਜਾਣਗੇ। ਸਾਰੇ ਆਖੋ ਵਾਹਿਗੁਰੂ। ਗੱਜ ਕੇ ਬੋਲੋ ਵਾਹਿਗੁਰੂ। ਫਿਰ ਬੋਲੋ ਜੀ ਵਾਹਿਗੁਰੂ। ਮਾਲਕ ਭਗਤਾਂ ਦੇ ਵਸ 'ਚ ਹੁੰਦਾ ਜੇ, ਮਾਲਕ ਕਿਸੇ ਆਮ ਦੁਨੀਆਦਾਰ ਬੰਦਾ ਜਿਹੜਾ ਬਿਜ਼ਨਸ ਕਰਦਾ, ਬੀਬੀਆਂ ਘਰ ਦੇ ਵਿੱਚ ਆਪਣਾ ਕੰਮ ਕਰਦੀਆਂ ਨੇ, ਪਰ ਜੇ ਨਾਮ ਨਹੀਂ ਤੇ ਫਿਰ ਪਰਮਾਤਮਾ ਨਹੀਂ, ਬੰਦਾ ਅਧੂਰਾ ਹੈ ਨਾਮ ਤੋਂ ਬਿਨਾਂ। ਇਸ ਗੱਲ ਨੂੰ ਸਮਝ ਲਿਓ, ਹਰ ਬੰਦਾ ਸਵੇਰੇ ਉੱਠਦਾ, ਕੰਮ ਕਾਰ ਕਰਦਾ, ਰਾਤ ਨੂੰ ਸੋ ਜਾਂਦਾ, ਰਾਤ ਨੂੰ ਨੀਂਦ ਆਰਾਮ ਕੀਤਾ, ਸਵੇਰੇ ਫਿਰ ਉਹੀ ਕੰਮ ਹੋ ਰਿਹਾ। ਤੇ ਕਹਿੰਦੇ ਜਾਨਵਰ ਫਿਰ ਕੀ ਕਰਦੇ ਆ, ਉਹ ਵੀ ਖਾਣਾ ਪੀਣਾ ਲੱਭਦੇ ਆ, ਆਰਾਮ ਕਰਦੇ ਆ, ਫਿਰ ਖਾਣ ਪੀਣ ਲੱਗ ਜਾਂਦੇ ਆ, ਦੋਨਾਂ 'ਚ ਫਰਕ ਕੀ ਕੱਢਿਆ ਮਹਾਰਾਜ ਨੇ? ਮਹਾਰਾਜ ਕਹਿੰਦੇ ਬੰਦੇ ਬੰਦਗੀ ਇਖਤਿਆਰ, ਜੇ ਤੂੰ ਬੰਦਾ ਹੈ ਤੇ ਬੰਦਗੀ ਕਰ, ਕਿਉਂਕਿ ਤੇਰੇ ਨਾਮ ਨਾਲ ਬੰਦਾ ਲੱਗ ਗਿਆ ਹੈ, ਇਨਸਾਨ ਲੱਗ ਗਿਆ ਹੈ, ਤੇਰੇ ਅੰਦਰ ਸਮਝ ਬੜੀ, ਸਮਝ ਜਾਨਵਰ 'ਚ ਵੀ ਹੁੰਦੀ ਹੈ, ਪਰ ਉਹ ਨਾਮ ਦੇ ਨੇੜੇ ਨਹੀਂ ਲੱਗ ਸਕਦਾ। ਇੱਕ ਅਸੀਂ ਨਾਮ ਜਪ ਸਕਦੇ ਹਾਂ ਮਨੁੱਖ, ਇਸ ਨੂੰ ਦੇਵਤੇ ਵੀ ਲੋਚਦੇ ਆ, ਇਸ ਦੇਹੀ ਨੂੰ, ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਕਹਿੰਦੇ ਆ ਸਰੀਰ ਮਿਲ ਜਾਵੇ ਭਗਤੀ ਕਰ ਲਈਏ, ਪਰ ਅਸੀਂ ਇਨਸਾਨ ਦੀ ਜੂਨੀ ਮਿਲਣ ਤੋਂ ਬਾਅਦ ਵੀ ਗੁਰੂ ਦੀ ਭਗਤੀ ਤੋਂ ਬੜੇ ਦੂਰ ਚਲੇ ਜਾਂਦੇ ਹਾਂ। ਜੋ ਕੁਝ ਪ੍ਰਾਣੀ ਤੂੰ ਆਇਆ ਲਾਹਾਂ ਲੈਣ, ਲੱਗਾ ਕਿਤ ਕੁਫੱਕੜੇ, ਜਿਹੜੇ ਕੰਮ ਅਸੀਂ ਕਰਦੇ ਫਿਰਦੇ ਹਾਂ, ਲੱਗਾ ਕਿਤ ਕੁਫੱਕੜੇ, ਸਭ ਮੁੱਕਦੀ ਚੱਲੀ ਰਹਿਣ ਦਾ ਮਤਲਬ ਕਿ ਭਾਈ ਜਿਹੜਾ ਸਮਾਂ ਤੈਨੂੰ ਮਿਲਿਆ ਨਾ ਧਰਤੀ 'ਤੇ, 50 ਸਾਲ, 70, 80 ਸਾਲ ਜਿੰਨੇ ਵੀ ਰਹਿਣਾ, ਇਹ ਸਮਾਂ ਕਹਿੰਦੇ ਰੋਜ਼ ਦਾ ਬੀਤਦਾ ਜਾ ਰਿਹਾ, ਖਤਮ ਹੋ ਰਿਹਾ ਸਮਾਂ। ਇਸ ਲਈ ਇਹ ਜ਼ਿੰਦਗੀ ਜਦੋਂ ਖਤਮ ਆਖਰੀ ਸਵਾਸ ਤੱਕ ਪਹੁੰਚ ਜਾਵੇ, ਪਹੁੰਚਣ ਤੋਂ ਪਹਿਲਾਂ ਤੂੰ ਪਰਮਾਤਮਾ ਦੀ ਬੰਦਗੀ ਜ਼ਰੂਰ ਕਰ ਲੈ, ਤੇਰੇ ਅੰਦਰ ਗੁਰੂ ਦਾ ਪ੍ਰੇਮ ਜ਼ਰੂਰ ਵੱਸ ਜਾਵੇ, ਤੇਰੇ ਅੰਦਰ ਗੁਰੂ ਦਾ ਪਿਆਰ ਹੋਣਾ ਚਾਹੀਦਾ। ਇਸੇ ਗੁਰੂ ਦੇ ਪ੍ਰੇਮ ਨੇ, ਇਸੇ ਗੁਰੂ ਦੇ ਪਿਆਰ ਨੇ, ਇਸੇ ਗੁਰੂ ਦੇ ਨਾਮ ਨੇ ਜਮਾ ਤੋਂ ਬਚਾਉਣਾ। ਜੇ ਸੱਚ ਮੰਨਣਾ, ਇਸੇ ਗੁਰੂ ਦੇ ਨਾਮ ਨੇ ਮਰਨ ਤੋਂ ਬਾਅਦ ਸੱਚਖੰਡ ਦੇ ਵਿੱਚ ਸਾਨੂੰ ਥਾਂ ਦਵਾਉਣੀ ਹੈ। ਸਾਰੇ ਆਖੋ ਵਾਹਿਗੁਰੂ। ਗੱਜ ਕੇ ਬੋਲੋ ਵਾਹਿਗੁਰੂ।
जे कोई बंदा दुनिया के सामने गुरु महाराज के चरणों में बहुत तरले मिन्नता करे, घर बैठ के तरले मिन्नता करे, महाराज कहिंदे परमात्मा इउं वस च नहीं आउंदा। ते फिर कहिंदे जेकर बंदा वेद पढ़े, बड़े शास्त्र पढ़ी जावे, पढ़ पढ़ के गड्डियां लद दे, महाराज कहिंदे तां वी परमात्मा वस च नहीं आउंदा। ते कहिंदे आ जेकर कोई तीर्थां ते जावे, बसां च बैठ के सफर करदा है, आ गड्डी फ्रीज आ रही है जी, उत्थे दर्शन करन वास्ते आ जाओ तीर्थां ते चलीए, ते महाराज कहिंदे परमात्मा तां वी वस च नहीं आउंदा। ते जेकर कोई धरती दा भ्रमण करे, इंडिया घूम लिया, बाहर दे मुल्क घूम लीए, आ एक रागी सिंह ने उन्हां नाल गलबात हुई, कहिंदे ओह पाकिस्तान चले गए। चलो क्यों चले गए, ये तीर्थां दी यात्रा हो रही है, समझो। महाराज कहिंदे तीर्थां दी यात्रा कीतियां भी परमात्मा नहीं मिलता, समझो गल। पर असी सारे मन की मर्जी, जिवें वह भेड़ा बकरियां चराउण वाला मालक डंडा मार मार के सीधे रस्ते ले जांदा, ना भाई इधर वधिया घाए इधर चरो, पर फिर भी विचों बकरियां भेड़ा निकल के दूजे दूजे पासे तुर पैंदियां ने। साडा हाल उहदे वर्गा ही है, असी अपने मन की मर्जी लगे, गुरु के नाम तो खुंझे हुए हैं, सेवा तो खुंझे हुए हैं, तो सानू गुरु की जिहड़ी शक्ति है, गुरु की जिहड़ी कह दिए असी मन च जो वसाउणा गुरु के बारे ज्ञान, असी उहदे तो दूर, तो जिंदगी साडी दुखां च लंघी जाती है। सारे आखो वाहेगुरु। महाराज कहिंदे कोई धरती बहुत सारी घूम लवे, बाहर दे मुल्कां च जावे, तां वी परमात्मा जिहड़ा जे उह वस च नहीं आउंदा। ते जेकर बहुत बंदा सियाणा होवे, कवे इसने तां बिजनेस बहुत तगड़ा चलाया, कमाल करती, इन्ने ते 6 महीनियां च इन्नी तरक्की कर ली, साल च इन्नी तरक्की कर ली, बहुत सियाणा, महाराज कहिंदे उह सियाणप नाल वी परमात्मा वस च नहीं आउंदा। फिर महाराज की कहिंदे है, कहिंदे जेकर कोई बंदा बहुत दानी बन जावे, कवे मेरे तो वड्डा दानी कोई नहीं, लंगरां च राशन देन लग जावे, गरीबां नूं वस्त्र देन लग जावे, कुछ भी कह लो कि अपने दान दे विच फिर होमे भी आन लग जांदी है, समझ लैणा। महाराज कहिंदे दान दित्तिआं वी परमात्मा वस च नहीं आउंदा। सारे आखो वाहेगुरु, गज के बोलो वाहेगुरु। परमात्मा किदे वस च आउंदा है, क्योंकि परमात्मा कोई छोटा जिहा न्याणा नहीं, बच्चा नहीं, खड़ौना नहीं, पर असी समझिया होया, असी किवें समझिया, असी हाथ जोड़ के कहने हैं 10 रुपए मत्था टेकिया, महाराज मेरे घर दे विच सुख चाहिए है, हुण 10 रुपये नाल सुख लभदे फिरदे आ, समझियो गल, जरा माफ कर देना किसी नूं माड़ा लगे, रुपइयां नाल परमात्मा वस च नहीं आउंदा, पैसों नाल उहने तुहाडे घर सुख नहीं भेजने। ते फिर दूजे दिन महाराज बच्चा बीमार हो गया, हॉस्पिटल एडमिट हो गया, इन्ने रुपये लगते पे ने, करो कृपा। फिर असी की करते हैं, फिर अरदासां दे जरिए सुख मंगते हैं, फिर बिजनेस डाउन हो गया, घाटा पै गया, फिर अरदासां, असी करनिया ने अरदासां गुरु चरणा च, पर समझ लेना जिहड़ा गुरु का हुक्म है उसनों मनन तो बिना अरदासां पूरियां नहीं होंदियां। सारे आखो वाहेगुरु। क्योंकि लोगन राम खिलौना जाना, असी खड़ोना समझिया, आके हाथ जोड़ के कह दें महाराज आ काम कर दो, गुरु नू असी की बनाउने आ, पता है? गुरु नू गुरु नहीं बनाउंदे, गुरु नू असी कहने आ महाराज मेरा आ काम पूरा कर दो, ते मैं 40 दिन तेरे गुरु घर आवांगी जां आवांगा, उस तो बाद फिर जे काम पूरा हो गया 40 दिन तो बाद असी गुरुद्वारे नजर नहीं आउंदे, ते जे काम पूरा ना होया फिर भी एक बस्त कारण भी खोट गवावे, फिर कहना कोई शक्ति नहीं जी, कोई रब नहीं जी, कोई गुरु नहीं जी, कोई सेवा नहीं जी, कुछ नहीं हुंदा, गुरुद्वारे जाना कद नहीं जाना। एक बीबी मिली, कहंदी मैं बड़ा नितनेम करती सी, बड़ा सिमरन करती सी, पर हुण नहीं हुंदा। मैं कह की हो गया, कहंदी एक मुंडा पहले होया। अच्छा ठीक है जी, फिर कहंदी दूजा मुंडा होया, वह थोड़े टाइम बाद गुजर गया, शरीर छड गया छोटी उम्र दे विच ही, मेरा मन टुट गया रब तो परमात्मा तो, उन्हें मेरा मुंडा खोलिया, तो मैं उदों का सिमरन ही छड़ता, मेरे तो हुंदा नहीं। सारे आखो वाहेगुरु। जिहड़ा मुंडा एक रह गया, निभना तो इन्ने भी नहीं नाल, निभना तो इन्ने भी नहीं नाल, ते बंदा अपने धियां पुत्रां दीयां खुशियां वास्ते अकाल पुरख परमात्मा नूं दूर करी बैठा है।
ਸਾਰੇ ਆਖੋ ਵਾਹਿਗੁਰੂ। ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ ਬੰਦਿਆ, ਦੱਸ ਆਪਣੀ ਜ਼ਿੰਦਗੀ ਦੇ ਬੀਤੇ ਹੋਏ ਸਾਲਾਂ ਨੂੰ ਫਰੋਲ, ਕਿੱਥੇ ਕਿੱਥੇ ਤੂੰ ਕੀ ਕੀਤਾ ਹੈ। ਧਿਆਨ ਨਾਲ, ਇੱਕ ਸਾਲ ਦੀ ਜ਼ਿੰਦਗੀ ਕਿਸੇ ਨੂੰ ਯਾਦ ਨਹੀਂ ਹੋਣੀ, ਪਿਛਲੀ ਇੱਕ ਮਹੀਨੇ ਦੀ ਹੈ, ਹੋ ਸਕਦਾ ਕਿਸੇ ਨੂੰ ਯਾਦ ਹੋਵੇ। ਇੱਕ ਮਹੀਨਾ ਹੀ ਪਿੱਛੇ ਜਾ ਕੇ ਦੇਖਣਾ ਕਿਹੜੇ ਚੰਗੇ ਕਰਮ ਕੀਤੇ, ਕਿਹੜੇ ਗਰੀਬ ਦਾ ਭਲਾ ਕੀਤਾ, ਕਿੰਨਾ ਸਿਮਰਨ ਕੀਤਾ, ਕਿੰਨੇ ਘੰਟੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਸੰਗਤ ਵਿੱਚ ਜਾ ਕੇ ਬੈਠੇ ਹਾਂ। ਇਸ ਗੱਲ ਨੂੰ ਜਰਾ ਨੋਟ ਕਰਿਓ ਕਿ ਅਸੀਂ ਚੰਗੇ ਕਰਮ ਕੀਤੇ, ਅਸੀਂ ਕਿਸੇ ਦਾ ਭਲਾ ਕੀਤਾ, ਅਸੀਂ ਕਿਸੇ 'ਤੇ ਦਇਆ ਕੀਤੀ। ਅਤੇ ਮਹਾਰਾਜ ਕੀ ਕਹਿੰਦੇ ਆ, ਸਿਮਰਨ ਭਜਨ ਦਇਆ ਨਹੀਂ ਕੀਨੀ। ਤਿੰਨ ਕੰਮ ਸਿਮਰਨ ਕਰਨਾ, ਭਜਨ ਗਾਉਣੇ ਨੇ ਪਰਮਾਤਮਾ ਦੇ, ਦਇਆ ਹਰ ਕਿਸੇ 'ਤੇ ਦਇਆ, ਮਨੁੱਖ 'ਤੇ ਦਇਆ, ਜੀਵ ਜੰਤੂ 'ਤੇ ਦਇਆ, ਹਰ ਚੀਜ਼ 'ਤੇ ਦਇਆ। ਸਿਮਰਨ ਭਜਨ ਦਇਆ ਨਹੀਂ ਕੀਨੀ, ਜੇ ਆਹ ਕੰਮ ਨਾ ਕੀਤੇ ਫਿਰ ਕੀ ਹੋਏਗਾ, ਤੋ ਮੁੱਖ ਚੋਟਾਂ ਖਾਏਗਾ। ਚੋਟਾਂ ਕਿਹੜੀਆਂ ਨੇ ਹੁਣ, ਹੁਣ ਇਹ ਤਾਂ ਸਾਨੂੰ ਪਤਾ ਨਹੀਂ ਚੋਟਾਂ ਕਿਹੜੀਆਂ ਪੈਣੀਆਂ। ਸਰੀਰ ਦਾ ਰੋਗ ਵੀ ਲੱਗ ਸਕਦਾ, ਜੋ ਮੰਗਦੇ ਉਹ ਨਹੀਂ ਵੀ ਮਿਲ ਸਕਦਾ। ਇਹ ਤਾਂ ਗੁਰੂ ਨੂੰ ਪਤਾ ਲੇਖਾ ਕਿਹੜਾ ਹੋਣਾ ਸਾਡੇ ਕਰਮਾਂ ਦਾ, ਆਪਣੇ ਆਪ ਨਹੀਂ ਪਤਾ। ਇਸ ਲਈ ਮਹਾਰਾਜ ਕਹਿੰਦੇ, ਬੰਦਗੀ ਤੋਂ ਬਿਨਾਂ ਬੰਦਿਆ ਤੂੰ ਅਧੂਰਾ ਹੈ। ਸਾਰੇ ਆਖੋ ਵਾਹਿਗੁਰੂ, ਗੱਜ ਕੇ ਬੋਲੋ ਵਾਹਿਗੁਰੂ। ਲੋਗਨ ਰਾਮ ਖਿਲੋਨਾ ਜਾਣਾ, ਸਿਰਫ ਇੰਨੀ ਕੁ ਗੱਲ। ਅਸੀਂ ਉਹਨੂੰ ਬੱਚਾ ਸਮਝਿਆ, ਹੱਥ ਜੋੜ ਕੇ ਕਹਿੰਦੇ ਹਾਂ ਮਹਾਰਾਜ ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ, ਪਰ ਗੁਰੂ ਫਿਰ ਵੀ ਦਿਆਲ ਹੈ। ਸੱਚ ਮੰਨਣਾ, ਗੁਰੂ ਦਿੰਦਾ ਵੀ ਹੈ ਸਾਨੂੰ। 40 ਦਿਨ ਚਲੇ ਗਏ ਹਾਂ ਗੁਰਦੁਆਰੇ ਅਤੇ ਮਿਲ ਗਿਆ, ਅਤੇ ਜੇ ਨਹੀਂ ਮਿਲਿਆ ਫਿਰ ਅਸੀਂ ਗੁਰੂ ਨੂੰ ਛੱਡਤਾ, ਗੁਰੂ ਨੂੰ ਭੁੱਲ ਗਏ। ਕਹਿਣ ਦਾ ਮਤਲਬ, ਅਸੀਂ ਗੁਰੂ ਨਾਲ ਵੀ ਜਿਵੇਂ ਦੁਨੀਆਂ ਦੇ ਵਿੱਚ ਵਪਾਰ ਕਰਦੇ ਹਾਂ ਨਾ, ਪੈਸੇ ਕਮਾਉਣ ਲਈ, ਧਨ ਕਮਾਉਣ ਲਈ, ਸ਼ੋਹਰਤ ਕਮਾਉਣ ਲਈ ਵਪਾਰ ਦੁਨੀਆਂ 'ਚ ਕਰਦੇ ਹਾਂ, ਉਹ ਪੈਸੇ ਪੈਸੇ ਦਾ ਵਪਾਰ, ਅਤੇ ਅਸੀਂ ਗੁਰੂ ਨਾਲ ਵੀ ਵਪਾਰ ਹੀ ਕਰਦੇ ਪਏ ਹਾਂ। ਧਿਆਨ ਦੇਣਾ, ਦੇਖ ਲਿਓ, 40 ਦਿਨ ਗਏ ਅਸੀਂ ਵਪਾਰ ਕੀਤਾ, ਮਹਾਰਾਜ ਮੈਂ 40 ਦਿਨ ਗੁਰਦੁਆਰੇ ਆਇਆ, ਤੁਸੀਂ ਇਹਦੇ ਬਦਲੇ ਮੇਰਾ ਇਹ ਕੰਮ ਕਰ ਦਿਓ, ਜਾਂ ਕੀ ਹੋਏਗਾ। ਮਹਾਰਾਜ ਮੈਂ ਸੁਖਮਣੀ ਸਾਹਿਬ ਦੇ ਪਾਠ 2 ਰੋਜ਼ ਦੇ ਕਰਿਆ ਕਰੂੰਗੀ ਜਾਂ ਕਰੂੰਗਾ, ਅਤੇ ਮੇਰੇ ਇੰਨੇ ਦਿਨ ਪਾਠ ਕਰਨਾ ਹੈ ਮੈਂ, ਅਤੇ ਮੇਰਾ ਆਹ ਕੰਮ ਪੂਰਾ ਕਰ ਦਿਓ। ਜਾਂ ਫਿਰ ਮਹਾਰਾਜ ਮੈਂ ਇੰਨੇ ਦਿਨ ਬਾਅਦ ਦੇਗ ਕਰਾ ਦੂੰਗਾ ਗੁਰਦੁਆਰੇ, ਮੇਰਾ ਆਹ ਕੰਮ ਪੂਰਾ ਕਰ ਦਿਓ। ਹੁਣ ਅਸੀਂ ਲੱਗੇ ਕਿੱਥੇ ਹੋਏ ਹਾਂ, ਵਪਾਰ ਕਰਨ ਵਾਸਤੇ। ਸਾਰੇ ਆਖੋ ਵਾਹਿਗੁਰੂ। ਕਿਉਂ ਅਸੀਂ ਪਰਮਾਤਮਾ ਨੂੰ ਆਪਣੇ ਗੁਰੂ ਨੂੰ ਖਿਡਾਉਣਾ ਨਹੀਂ ਸਮਝ ਰਹੇ? ਸਾਡੇ ਇਹ ਔਗਣ ਨੇ, ਸਾਡੇ ਮਨ ਦੀ ਹਾਲਤ ਹੈ, ਪਰ ਸਾਡੇ ਨਾਲੋਂ ਕਿਤੇ ਉਹ ਚੰਗੇ ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਕਰਦੇ ਹੈ, ਉਹਨਾਂ ਨੂੰ ਕਮੀ ਵੀ ਹੋਵੇ, ਘਰ ਦੇ ਵਿੱਚ ਰਾਸ਼ਨ ਵੀ ਮੁੱਕਿਆ ਹੋਵੇ ਕਿਤੇ, ਦੇਖ ਲੈਣਾ, ਪਰ ਉਹ ਗੁਰੂ ਚਰਨਾਂ 'ਚ ਜਾ ਕੇ ਕਦੀ ਰਾਸ਼ਨ ਨਹੀਂ ਮੰਗਦੇ, ਕਿਸੇ ਘਰ ਦਾ ਆਪਣੇ ਦਾ ਸੁੱਖ ਨਹੀਂ ਮੰਗਦੇ। ਜਾ ਕੇ ਕਹਿਣਗੇ, ਮਹਾਰਾਜ ਤੇਰਾ ਨਾਮ ਮਿਲ ਜਾਵੇ, ਜੇ ਤੇਰਾ ਨਾਮ ਮਿਲ ਗਿਆ ਤਾਂ ਮੈਨੂੰ ਸਾਰੇ ਹੀ ਸੁੱਖ ਮਿਲ ਗਏ। ਸਾਰੇ ਆਖੋ ਵਾਹਿਗੁਰੂ। ਪਰ ਮੇਰਾ ਗੁਰੂ ਸੱਚਾ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਐਸਾ ਹੈ, ਕੋਈ ਵੀ ਦਰ ਤੇ ਆ ਜਾਵੇ, ਕੋਈ ਵੀ ਕਿਸੇ ਵੀ ਧਰਮ ਦਾ, ਮੈਨੂੰ ਅੱਜ ਤੱਕ ਜਿੰਨੇ ਮਿਲੇ ਨੇ ਨਾ, ਕੋਈ ਐਸਾ ਸ਼ਾਇਦ ਹੀ ਹੋਏ ਜਿਹਦੇ ਮੂੰਹ ਚੋਂ ਨਿਕਲਿਆ ਹੋਵੇ ਕਿ ਮੇਰੀ ਮੁਰਾਦ ਪੂਰੀ ਨਹੀਂ ਹੋਈ, ਨਹੀਂ ਤੇ ਐਸਾ ਕੋਈ ਨਹੀਂ ਮਿਲਿਆ। ਹਰ ਬੰਦੇ ਨੇ ਇਹੀ ਕਿਹਾ, ਮੈਂ 10 ਪੰਡਤਾਂ ਕੋਲ ਗਿਆ, 7 ਤਾਂਤਰਿਕ ਮੁਸਲਮਾਨਾਂ ਕੋਲ ਗਿਆ, 4-6 ਹੋਰਾਂ ਕੋਲ ਗਿਆ, ਗਿਣਤੀ ਨੋਟ 20-25 ਬਾਬਿਆਂ ਕੋਲ ਘੁੰਮਿਆ ਆ, ਜਿਨ੍ਹਾਂ ਨੇ ਬੜੇ ਪਖੰਡ ਧਾਰੇ ਹੋਏ ਆ, ਪਰ ਕਹਿੰਦਾ ਕੰਮ ਨਹੀਂ ਪੂਰਾ ਹੋਇਆ। ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਦਿਲੋਂ ਆ ਕੇ ਮਾਫ਼ੀ ਮੰਗੀ ਹੈ, ਅਤੇ ਗੁਰੂ ਨਾਨਕ ਸਾਹਿਬ ਦਾ ਮੂਲ ਮੰਤਰ ਗੁਰਮੰਤਰ ਜਪਣਾ ਸ਼ੁਰੂ ਹੋ ਗਿਆ, ਕਹਿੰਦਾ ਮੇਰੇ ਕੰਮ ਪੂਰੇ ਹੋ ਗਏ ਨੇ। ਸਾਰੇ ਆਖੋ ਵਾਹਿਗੁਰੂ। ਜੇ ਕਿਸੇ ਨੂੰ ਸ਼ੱਕ ਹੋਵੇ ਮੇਰੇ ਨਾਲ ਬਾਅਦ ਵਿੱਚ ਮਿਲਿਓ, ਮੈਂ ਉਸ ਬੰਦੇ ਦਾ ਐਡਰੈਸ ਦੇ ਦਿਆਂਗਾ, ਜਾ ਕੇ ਪੁੱਛ ਲੈਣਾ। ਐਸੇ ਕਈ ਬੰਦਿਆਂ ਨੇ ਧੱਕੇ ਖਾਧੇ ਨੇ, ਜਦੋਂ ਕਿਤੋਂ ਕੋਈ ਸੁੱਖ ਨਹੀਂ ਮਿਲਿਆ, ਕੰਮ ਪੂਰਾ ਨਹੀਂ ਹੋਇਆ, ਅਖੀਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਜਾ ਕੇ ਕੰਮ ਪੂਰਾ ਹੋਇਆ। ਅਤੇ ਹੋਇਆ ਕਿਵੇਂ? ਨਾਮ ਦੇ ਜ਼ਰੀਏ, ਬੰਦਗੀ ਦੇ ਜ਼ਰੀਏ, ਸਿਮਰਨ ਦੇ ਜ਼ਰੀਏ, ਅਤੇ ਸੁੱਖ ਮਿਲਣਾ ਹੀ ਐਵੇਂ ਹੈ, ਹੋਰ ਕੋਈ ਤਰੀਕਾ ਹੀ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ। ਨਾਮ ਤੋਂ ਬਿਨਾਂ ਕੋਈ ਹੋਰ ਤਰੀਕਾ ਹੀ ਹੈ ਹੀ ਨਹੀਂ। ਸਾਰੇ ਆਖੋ ਵਾਹਿਗੁਰੂ।
सब को तेरे वस अगम अगोचरा। दुनिया परमात्मा दे हुक्म विच चलदी है, पर कई नास्तक की कह देंदे है, जो कुछ करते हैं परमात्मा करा रहे हैं, क्योंकि वह बुरे काम करते हैं ना, माड़े काम करते, भैड़ी सोच होंदी है उन्हां दी। एक पासे तुसीं कहिंदे हो रब करा रहा परमात्मा करा रहा, दूजे पासे तुसीं की कहिंदे हो, दूजे पासे कहिंदे हो तू कर रहा। भाई तू कर्म तो कर रहा है, परमात्मा ने एक दिमाग सोच दिती सब नू, तू चंगा भी सोच सकता है बुरा भी सोच सकता है, तेनू आजादी है, तू चंगे काम भी कर सकता है तू बुरे काम भी कर सकता है, ये भी आजादी है। ये आजादी साड़ी झोली च पाई है, पर प्यारे समझ लेना इस आजादी का असी नजायज फायदा चकते हैं, नजायज भगती ना, भगती तो बिना ही सुख। ते महाराज परमात्मा साडा गुरु इन्ना वड्डा है, सारी दुनिया उहदे हुक्म च चलदी है, हर बंदा उहनूं याद कीते करदा, सच मन्ना देवी देवते याद करदे, पीर पैगंबर याद करदे है, उही बंदे ऐसे जिन्हां दे भाग बहुते माड़े जिहड़े उसनूं याद नहीं करदे, शुकराना नहीं करदे, क्योंकि महाराज कह रहे ने सब को तेरा वस अगम अगोचरा। ऐ मेरे परमात्मा, ऐ मेरे गुरु, तू इन्ना वड्डा, तेरे वड्डा वर्गा कोई नहीं, पर तू किदे वास्ते जा, तू किदे कहना मनदा, तू किदी गल मनदा, तू भगतां के वस, तू भगतां दे वस है, भगत बेनती कर देणगे ते तू मन लैना, तू भगतां के वस, भगतां तान तेरा। पर एक गल समझ लेना, जिहड़ा सच्चे दिलों गुरु नानक दी भगती करदा है, ऐसा भगत कदी किसे दा बुरा नहीं तकदा जी, कदी किसे दा बुरा नहीं करदा जे, इस गल नूं समझ लेना। भावे उहदे कोल शक्ति हुंदी है, उसनूं पता भी हुंदा है कि गुरु ग्रंथ साहिब नूं मैं जिहड़ी बेनती करांगा महाराज पूरी कर देणगे, पर वह करता ही नहीं, क्योंकि मन की तृष्णा अपनी मुक्की होंगी है, तो दूसरे नूं भी अपने वर्गा समझण दा यतन करता है। सारे आखो वाहेगुरु, गज के बोलो वाहेगुरु। प्यारे हो, इसलिए भगती बहुत जरूरी है, जेकर असी दुखां नूं मिटाउणा है, रोगां नूं खत्म करना है, घरां दे कलेश खत्म करने है, तृष्णा नूं मकाउणा है, आ जन्म साडा सफल हो जाए, जन्म सफल होने तो बाद शरीर त्याग गया एक होर फिर जन्म तैयार है, वह भी सफल हो जाए, इत्थे रह के दुनिया ते रह के, दुनिया ते रहिंदे आ सचखंड दे विच एक मकान बनाउणा तुसीं रहण वास्ते, उत्थे भी जगह चाहीदी है, इत्थे पैसे कमाउने आ, आ कोठी लै ली हुण होर वड्डी लै लईए, आ कार लै ली हुण होर वड्डी लै लईए, महाराज कहिंदे इत्थे दा सोचदा है अगला भी तो सोच लै, अगे भी तो जाना, ये शरीर है मेरा, इस जग में आए के क्या तुद कर्म कमाया, के कर्म कमाया तुद शरीर है, जा तू जग में आया। आ गल सुनियो अगे की कहिंदे महाराज, जिन हर तेरा रचन रचिया, रचन रचिया जिस परमात्मा ने तेनू बनाया है, जिसने तेनू पैदा किया है, माता दे गर्भ विच तेरी रक्षा कीती है। ऐसे भी बालक पैदा होंदे है, जदों पैदा होंदे है उन्हां दे शरीर च जान ही नहीं हुंदी, मुर्दा पैदा होंदे, पर भाग चंगे साडे सब दे गुरु दी कृपा, बच्चा पैदा होया परमात्मा दी एडी कृपा, जिन हर तेरा रचन रचिया सो हर मन ना वसाया। तू उस परमात्मा नूं कदी याद ही नहीं करदा जिन्ने तेनू बनाया, बनाण तो बाद आ शरीर दिता, इस शरीर भी अंत समझ लेना, अंत वेले नाल नहीं इन्हें जाना, इन्हें पहले ही मुक जाना जी, जिहड़ी आत्मा शरीर दे माता दे गर्भ च बाद च परमात्मा पाउंदा ना, वह आत्मा ने पहले निकल जाना, शरीर बाद विच किसे काम नहीं आउणा, समझ लेना। तो महाराज कहिंदे इस शरीर नूं बचा बचा के सुंदर बना के खवा के असी ताकतवर बनाने आ, पर एक साड़ी आत्मा है वह बेचारी भुखी दी भुखी लोचदी रहिंदी है कि मैनू नाम दी ताकत मिले, मैनू नाम दा बल मिले, ये ताकत ना होण करके, नाम दी नाम दा बल ना होण करके की हुंदा, साडा हिरदा कमजोर हो जांदा, मन कमजोर हो जांदा, ते साडा मन जदों कमजोर हुंदा की हुंदा, गुरु तो विश्वास खत्म होना शुरू हो जांदा,
ਸਾਰੇ ਆਖੋ ਵਾਹਿਗੁਰੂ। ਗੁਰੂ ਤੋਂ ਵਿਸ਼ਵਾਸ, ਗੁਰੂ ਤੋਂ ਭਰੋਸਾ ਸੱਚ ਹੈ। ਅਰਦਾਸ 'ਚ ਰੋਜ਼ ਮੰਗਦੇ ਹਾਂ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ ਅਤੇ ਅੱਗੇ ਭਰੋਸਾ, ਭਰੋਸਾ ਦਾਨ। ਮਹਾਰਾਜ ਤੇਰੇ 'ਤੇ ਭਰੋਸਾ ਆ ਜਾਵੇ ਵੀ ਦਾਨ ਚਾਹੀਦਾ। ਅਤੇ ਫਿਰ ਉੱਤਮ ਦਾਨ ਕੀ ਹੈ? ਉੱਤਮ ਦਾਨ ਦਾਨਾ ਸਿਰ ਦਾਨ। ਮਹਾਰਾਜ ਨੂੰ ਬੇਨਤੀ ਕਰਦੇ ਹਾਂ, ਮਹਾਰਾਜ ਆ ਜਿੰਨੇ ਦਾਨ ਮੰਗੇ ਇਹਨਾਂ ਸਾਰਿਆਂ ਨਾਲੋਂ ਉੱਤਮ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਪਿਆਰਿਓ, ਜਿਹਦੇ ਕੋਲ ਨਾਮ ਆ ਗਿਆ ਉਹਦੇ ਕੋਲ ਸਭ ਕੁਝ ਆ ਗਿਆ। ਜਿਹਦੇ ਕੋਲ ਨਾਮ ਨਹੀਂ ਹੈ, ਸਮਝ ਲੈਣਾ ਉਹਦੀ ਜ਼ਿੰਦਗੀ 'ਚ ਬਹੁਤ ਕਮੀਆਂ ਨੇ। ਸਾਰੇ ਆਖੋ ਵਾਹਿਗੁਰੂ। ਉੱਠਦਿਆਂ ਸਾਰ ਸ਼ੁਕਰਾਨਾ ਕਰਿਆ ਕਰੋ, ਐ ਮੇਰੇ ਮਾਲਕ ਰਾਤ ਨੂੰ ਸੁੱਤਾ ਤੂੰ ਕਿਰਪਾ ਕੀਤੀ ਹੈ, ਮੈਂ ਉੱਠ ਗਿਆ ਅਤੇ ਮੇਰੇ 'ਤੇ ਮਿਹਰ ਕਰੀ, ਮੈਂ ਦਿਨ 'ਚ ਤੇਰਾ ਉੱਠਦਿਆਂ ਬਹਿੰਦਿਆਂ ਨਾਮ ਜਪਦਾ ਰਹਾ। ਉੱਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਮੇਰਾ ਮਨ ਤੈਨੂੰ ਯਾਦ ਕਰਦਾ ਰਹੇ, ਮੇਰੇ 'ਤੇ ਮਾਲਕ ਇਹ ਕਿਰਪਾ ਕਰਨੀ। ਆਓ ਸਾਰੇ ਇੱਕ ਵਾਰੀ ਬੋਲੀਏ, ਗੱਜ ਕੇ ਸਾਰੇ ਆਪਾਂ ਰਲ ਕੇ ਬੋਲਾਂਗੇ ਵਾਹਿਗੁਰੂ 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 ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹੁੰ ਕੁੰਟ ਮਾਣੈ। ਸਾਰੇ ਸੁੱਖ ਗੁਰੂ ਕੋਲੋਂ ਮਿਲਦੇ ਆ। ਜੇਕਰ ਸਾਨੂੰ ਕੋਈ ਪੁੱਛਦਾ ਨਹੀਂ ਜਾਂ ਕੰਮ ਨਹੀਂ ਬਣਦਾ ਕਿਤੇ ਵੀ ਨਾ, ਤੇ ਬਿਨਾਂ ਝਿਜਕ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆ ਕੇ ਕੀਤੀਆਂ ਹੋਈਆਂ ਭੁੱਲਾਂ ਦੀ ਮਾਫੀ ਮੰਗਣੀ, ਤੇ ਮੰਗਣ ਤੋਂ ਬਾਅਦ ਮਹਾਰਾਜ ਮੈਂ ਤੇਰਾ ਨਾਮ ਜਪੂੰਗਾ, ਹੋਰ ਕਿਸੇ ਦਾ ਨਹੀਂ। ਭਾਵੇਂ ਕੋਈ ਕੰਨ 'ਚ ਫੂਕ ਮਾਰ ਕੇ ਮੰਤਰ ਦਿੰਦਾ, ਭਾਵੇਂ ਕੋਈ ਬਾਬਾ ਤਰੋੜ ਮਰੋੜ ਕੇ ਮੰਤਰ ਆਪਣੇ ਬਣਾ ਕੇ ਦਿੰਦਾ, ਇਹੋ ਜਿਹੇ ਪਖੰਡ ਬੜੇ ਦੁਨੀਆਂ 'ਤੇ ਚੱਲਦੇ ਜੀ, ਪਰ ਜੇ ਗੁਰੂ ਨਾਨਕ ਸਾਹਿਬ ਦੇ ਮੰਤਰ ਨੂੰ ਜਪਿਆ ਸੁੱਖ ਤਾਂ ਮਿਲਣੇ ਹੈ, ਕਿਉਂਕਿ ਦੁਨੀਆਂ 'ਤੇ ਗੁਰੂ ਨਾਨਕ ਤੋਂ ਵੱਡਾ ਕੋਈ ਗੁਰੂ ਨਹੀਂ ਆਇਆ, ਅਤੇ ਕਲਯੁੱਗ ਦੇ ਵਿੱਚ ਵੀ ਗੁਰੂ ਨਾਨਕ ਦਾ ਹੀ ਰਾਜ ਚੱਲਦਾ। ਸਭ ਤੋਂ ਵੱਡਾ ਬੋਲੋ ਨਾ ਗੱਜ ਕੇ, ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਸਨੇ ਕਲਯੁੱਗ ਦੇ ਵਿੱਚ ਵੀ ਕਿਸੇ ਨੇ ਬਾਂਹ ਨਹੀਂ ਫੜਨੀ, ਇਸ ਗੁਰੂ ਨਾਨਕ ਨੇ ਕਲਯੁੱਗ 'ਚ ਬਾਂਹ ਫੜਨੀ ਹੈ। ਸਾਰੇ ਆਖੋ ਵਾਹਿਗੁਰੂ। ਇਸ ਲਈ ਪਿਆਰਿਓ, ਜੇਕਰ ਸਾਨੂੰ ਜੋ ਚਾਹੀਦਾ ਗੁਰੂ ਕੋਲੋਂ ਮਿਲੇਗਾ, ਪਖੰਡ ਛੱਡ ਕੇ, ਪੰਡਤਾਂ ਦਾ ਖਹਿੜਾ ਛੱਡ ਕੇ, ਆਹ ਤਾਂਤਰਾਂ ਦਾ ਕੰਮ ਛੱਡ ਕੇ, ਆਹ ਮੋਲੀਆਂ ਦਰਖਤਾਂ ਨੂੰ ਛੱਡ ਕੇ, ਪੰਡਤਾਂ ਤੋਂ ਪੁੱਛ ਕੇ ਰਾਸ਼ਨ ਸ਼ਾਇਦ ਪਵਾਈ ਜਾਂਦੇ ਹਾਂ, ਆਹ ਜਿਹੜੇ ਬੱਚਿਆਂ ਦੇ ਰਿਸ਼ਤੇ ਕਰਦੇ ਹੋ ਨਾ, ਭਾਈ ਸਾਹਿਬ ਤੋਂ ਆ ਕੇ ਅਰਦਾਸ ਕਰਾ ਲਿਆ ਕਰੋ। ਕਿਤੇ ਵੀ ਜਾ ਕੇ ਗੁਰਦੁਆਰੇ, ਮਹਾਰਾਜ ਕਰੋ ਕਿਰਪਾ, ਆਹ ਬੱਚੀ ਵਾਸਤੇ ਜਾਂ ਬੱਚੇ ਵਾਸਤੇ ਰਿਸ਼ਤਾ ਦੇਖਿਆ, ਤੁਸੀਂ ਸਿਰੇ ਚੜ੍ਹਾਉਣਾ। ਮੈਂ ਕਹਿੰਦਾ ਪੰਡਤ ਨੇ ਭਾਵੇਂ ਲੱਖ ਕਮੀਆਂ ਕੱਢੀਆਂ ਹੋਣ, ਕਿ ਰਿਸ਼ਤੇ 'ਚ ਬਹੁਤ ਕਮੀਆਂ ਨੇ,
पर जो तुसी गुरु ग्रंथ साहब के चरणा जाके अरदास करवा ली ना तुहाडी बच्ची ते बच्चे का रिश्ता हमेशा निभदा रहेगा। क्योंकि सब ते वड्डा धन गुरु नानक है ते जदों असीं पंडित कोलों पुछ के आने नाले उत्थे पैसे भी दे आने फिर वह झूठी मूठी जो कहने भी भाई इन्होंने तो रिश्ता जोड़ना ही जोड़ना मुंडे कुड़ी मनते नहीं गए फिर वह पैसे भी ले लैंदा है ते फिर टाइम किन्ना बीतदा किसी का तीन महीने छे महीने हद साल से उस टपते फिर तलाक ते गल पहुंची क्यों गुरु का सहारा नहीं लिया क्यों गुरु का ओट आसरा नहीं लिया क्यों अजकल की पनीरी लगी कित्थे हुई है फेसबुक ते कित्थे लगी ट्विटर ते कित्थे लगी व्हाट्सएप ते की करते हैं सवेरे उठते हैं सारी बस की फोटो खिंचनिया शुरू हो जांदियां मैं कित्थे बैठी हाँ मैं कित्थे बैठा पा देंदे ने ते फिर थल्ले नाल ये भी कहिंदे ने कमेंट जरूर कर दियो इहनू लाइक जरूर कर दियो ये जिन्ने मर्जी लाइक करवा लो आज चमड़ी सड़ जानी है एक दिन जिन्नी मर्जी गोरी चमड़ी बना लो जिन्ने मर्जी मेकअप ब्यूटी पार्लर जाके करा लो ये सड़ जानी है एक दिन सच मनना माफ कर देना प्यारे हो दुनिया दे करोड़ कमेंट आ जान पर गुरु नानक का एक भी ना आवे तो आप जिंदगी बेकार करके जावांगे ते जेकर गुरु नानक दे घरों एक कमेंट आ जाए साडे वास्ते गुरु ने एक बार सानू लाइक कर लिया ना आ जिंदगी सफल हो जानी है सारे आखो वाहे गुरु रज के बोलो वाहे गुरु ओदी नजर चाहिदी है गुरु दी दुनिया दी नहीं चाहिदी दुनिया ते पल पल फिसल दी है कौन साथ निभाउंदा है तुसी जिंदगी च वेख लिया होना है कौन साथ निभाउंदा है दुनिया दा कोई नहीं सब भज जांदे है पर साथ गुरु अंत तक निभाउंदा है गुरु अंत तक गुरु नहीं छड्डदा बंदे नूं कहिंदे चरण शरण गुर एक पेंडा जाए चल सतगुर कोट पेंडा आगे होए लीत है तू रोज चल रोज जप रोज गुरुद्वारे जा रोज सेवा कर रोज नाम जप ते गुरु तेनू बहुत ही सुख देगा बहुत ही सुख फिर सुख कि तो मंगन की लोड़ नहीं पैनी सारे आखो वाहे गुरु रज के बोलो वाहे गुरु जिस नीच को कोई ना जाने नाम जपत ओह चौंकुंट माने सारे सुखां दी प्राप्ति हर हर जो भी तकलीफ साडे मन च आएगी जो भी साडे घर च दुख कलेश आएगा सब दा राखा धन गुरु नानक सारे आखो वाहे गुरु आओ सारे एक बार बोलिए फिर समाप्ति है करियो कृपा सारे एक ओंकार सतनाम करता पुरख निरपो निर्वैर अकाल मूरत अजूनी साहिब अंगुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निरपो निर्वैर अकाल मूरत अजूनी साहिब अंगुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निरपो निर्वैर अकाल मूरत अजूनी साहिब अंगुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निरपो निर्वैर अकाल मूरत अजूनी साहिब अंगुर प्रसाद जप आद सच जुगाद सच है भी सच नानक होसी भी सच वाहे गुरु 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 बोलदियां भुल्लां हो जांदियां आप कृपा करके सारी संगत माफ कर देना बुलाओ फतेह वाहे गुरु जी का खालसा वाहे गुरु जी की फतेह।